ਵੇਰੀਏਬਲ, ਜਾਂ ਜਿਵੇਂ ਮੰਨ ਲਓ ਇਸ ਨਾਂ ਦਾ ਇੱਕ ਵੇਰੀਏਬਲ ਬਣਾ ਲਿਆ, ਮੇਨ 'ਚ ਬਣਾ ਲਿਆ, ਮੇਨ ਵਿੱਚ ਇੱਕ ਹੋਰ ਇਸ ਨਾਂ ਦਾ ਵੇਰੀਏਬਲ ਨਹੀਂ ਬਣਾ ਸਕਦੇ, ਲੇਕਿਨ ਟੈਸਟ ਜਾਂ ਕੋਈ ਹੋਰ ਫੰਕਸ਼ਨ ਹੈ ਉਹਦੇ ਵਿੱਚ ਆਪਾਂ ਸੇਮ ਇਸ ਨਾਂ ਦਾ ਹੀ ਵੇਰੀਏਬਲ ਹੋਰ ਬਣਾ ਲਾਂਗੇ, ਕੋਈ ਓਬਜੈਕਸ਼ਨ ਨਹੀਂ, ਕੋਈ ਪ੍ਰੋਬਲਮ ਨਹੀਂ, ਦੋਨੋਂ ਇਸ ਮੈਮਰੀ 'ਚ ਅਲੱਗ ਅਲੱਗ ਥਾਂ 'ਤੇ ਪਏ ਰਹਿਣਗੇ। ਜਦੋਂ ਟੈਸਟ 'ਚ ਬੈਠੇ ਹੋਵਾਂਗੇ ਤਾਂ ਉਹਨੂੰ ਟੈਸਟ ਦਾ ਐਸ ਮਿਲ ਜੂਗਾ, ਜਦੋਂ ਆਪਾਂ ਮੇਨ 'ਚ ਬੈਠੇ ਹੋਵਾਂਗੇ ਤਾਂ ਉਹਨੂੰ ਮੇਨ ਦਾ ਐਸ ਮਿਲੂਗਾ। ਤੋ ਇਹ ਕਿ ਆਪਾਂ ਅਲੱਗ ਅਲੱਗ ਫੰਕਸ਼ਨਾਂ ਦੇ ਵਿੱਚ ਸੇਮ ਨਾਮ ਦੇ ਕੇ ਇੱਕ ਹੋਰ ਵੇਰੀਏਬਲ ਬਣਾ ਸਕਦੇ ਹਾਂ। ਜਿਵੇਂ ਆ ਐਗਜ਼ਾਮਪਲ 'ਚ ਸਾਨੂੰ ਇਸ ਵੇਲੇ ਦੇਖ ਰਿਹਾ, ਐਸ ਵੇਰੀਏਬਲ ਮੇਨ 'ਚ ਵੀ ਬਣਾਇਆ ਜਾਂ ਐਸ ਐਰੇ ਮੇਨ 'ਚ ਵੀ ਬਣਾਇਆ, ਅਤੇ ਉਹੀ ਸੇਮ ਐਸ ਨਾਮ ਦਾ ਹੀ ਐਰੇ ਟੈਸਟ 'ਚ ਬਣਾਇਆ। ਦੋਨੋਂ ਅਲੱਗ ਅਲੱਗ ਨੇ, ਦੋਨੇ ਐਗਜਿਸਟ ਕਰਦੇ ਨੇ ਮੈਮਰੀ 'ਚ, ਇੱਕ ਟੈਸਟ ਦੇ ਵਿੱਚ ਪਿਆ, ਦੂਜਾ ਮੇਨ 'ਚ ਪਿਆ, ਮਤਲਬ ਮੈਮਰੀ ਵਿੱਚ ਉਹਨੇ ਅਲੱਗ ਅਲੱਗ ਜਗ੍ਹਾ ਰੱਖ ਲਈ। ਜਿੱਦਾਂ ਸਮਝ ਲਓ ਫਾਈਲਾਂ ਇੱਕ ਫੋਲਡਰ 'ਚ ਬਣਾ ਲਈ, ਮੰਨ ਲਓ ਇੱਕ ਫੋਲਡਰ ਦਾ ਨਾਂ ਹੈ ਹਰਮੀਤ, ਦੂਜੇ ਦਾ ਨਾਂ ਹੈ ਤਰੁਣ, ਆਪਾਂ ਹਰਮੀਤ 'ਚ ਵੀ ਫਾਈਲ ਬਣਾ ਲਈ, ਨਾਂ ਰੱਖਤਾ NLCI, ਅਤੇ ਤਰੁਣ 'ਚ ਵੀ ਫੋਲਡਰ, ਤਰੁਣ ਫੋਲਡਰ 'ਚ ਵੀ ਫਾਈਲ ਸੇਮ ਬਣਾ ਲਈ, ਨਾਂ ਰੱਖਤਾ NLCI, ਕੋਈ ਪ੍ਰੋਬਲਮ ਨਹੀਂ ਹੈ, ਕਲੈਸ਼ ਨਹੀਂ ਕਰਦੀਆਂ, ਉਹਨੂੰ ਪਤਾ ਵੀ ਇਹ ਹਰਮੀਤ 'ਚ NLCI ਪਈ ਆ, ਉਹ ਤਰੁਣ 'ਚ ਪਈ ਆ, ਲੇਕਿਨ ਹਰਮੀਤ 'ਚ ਫਾਈਲ NLCI ਪਈ ਆ ਤਾਂ ਦੂਜੀ NLCI ਨਹੀਂ ਬਣਨੀ ਹੈਗੀ। ਇਸੇ ਤਰ੍ਹਾਂ ਹੀ ਮੇਨ 'ਚ ਆਪਾਂ ਇਹ ਇਸ ਨਾਂ ਦਾ ਇੱਕ ਵੇਰੀਏਬਲ ਬਣਾ ਲਿਆ ਤਾਂ ਦੂਜਾ ਨਹੀਂ ਬਣਨਾ। ਠੀਕ ਹੈ, ਹੁਣ ਜਦੋਂ ਅਸੀਂ ਟੈਸਟ, ਇੱਥੇ ਮੈਂ ਥੋੜ੍ਹਾ ਜਿਹਾ ਮਾਡੀਫਾਈ ਕਰਦਾ, ਇਹਦੇ 'ਚ ਮੈਂ ਇੱਕ ਨਵਾਂ ਵੇਰੀਏਬਲ ਬਣਾ ਲਿਆ, ਇੰਟ ਐਨ ਬਰਾਬਰ ਹੈ 9, ਮਤਲਬ ਐਨੀ ਵੈਲਿਊ ਮੈਂ ਇੱਕ ਵਾਰੀ, ਅਤੇ ਜੇ ਮੈਂ ਟੈਸਟ ਵਿੱਚ ਇਹ ਕਹਿ ਦੇਵਾਂ ਕਿ ਐਨ ਨੂੰ ਪ੍ਰਿੰਟ ਕਰ ਦੇ, ਇੱਥੇ ਮੈਂ ਕਹਿ ਦੇਵਾਂ ਜਾਂ ਇਸ ਤੋਂ ਥੱਲੇ ਕਹਿ ਦੇਵਾਂ ਪ੍ਰਿੰਟ ਐਫ ਪਰਸੈਂਟ ਡੀ ਐਨ ਦੀ ਵੈਲਿਊ ਨੂੰ ਪ੍ਰਿੰਟ ਕਰ ਦੇ। ਟੈਸਟ ਨੂੰ ਕਾਲ ਕੀਤਾ ਹੋਇਆ, ਯੈਸ ਅਨੀ ਜੀ ਨੇ ਕਾਲ ਕੀਤਾ ਨਾ, ਹੁਣ ਜਦੋਂ ਆਪਾਂ ਰਨ ਕਰਾਂਗੇ ਤਾਂ ਉਹ ਇਸ ਪ੍ਰੋਗਰਾਮ ਨੂੰ ਐਗਜੀਕਿਊਟ ਕਿਵੇਂ ਕਰੂਗਾ, ਇਹਦਾ ਜਿਹੜਾ ਆਊਟਪੁੱਟ ਹੈ ਉਹ ਕਿਵੇਂ ਦਾ ਮਿਲੂਗਾ, ਦੱਸ ਸਕਦੇ ਹੋ, ਸੋਚੋ, ਦੱਸੋ, ਚਾਹੇ ਤੁੱਕਾ ਲਾ ਲਓ। ਮੈਮਰੀ ਵਿੱਚ ਇੱਕ ਵੇਰੀਏਬਲ ਐਨ ਬਣ ਜੂਗਾ, ਇੱਕ ਹੋਰ ਬਣਿਆ ਐਸ, ਉਹਦੇ ਵਿੱਚ ਮੇਨ ਸਟੋਰ ਕਰਵਾਤਾ, ਉਸ ਤੋਂ ਬਾਅਦ ਐਸ ਨੂੰ ਪ੍ਰਿੰਟ ਕਰਾਤਾ, ਮਤਲਬ ਮੇਨ ਪ੍ਰਿੰਟ ਹੋ ਜੂਗਾ। ਉਸ ਤੋਂ ਬਾਅਦ ਟੈਸਟ ਨੂੰ ਕਾਲ ਕੀਤਾ, ਜਦੋਂ ਟੈਸਟ ਨੂੰ ਕਾਲ ਕੀਤਾ ਟੈਸਟ ਚੱਲਿਆ, ਉਹਦੇ 'ਚ ਇੱਕ ਐਸ ਹੋਰ ਬਣਿਆ, ਉਸ ਐਸ ਵਿੱਚ ਟੈਸਟ ਸਟੋਰ ਹੋ ਜੂਗਾ, ਉਸ ਤੋਂ ਬਾਅਦ ਆਪਾਂ ਐਨ ਨੂੰ ਪ੍ਰਿੰਟ ਕਰਵਾ ਲਿਆ, 9 ਪ੍ਰਿੰਟ ਹੋ ਜੂਗਾ। ਤੁਸੀਂ ਹਾਂ, ਪਹਿਲਾਂ ਮੇਨ ਪ੍ਰਿੰਟ ਹੋਇਆ, ਫਿਰ ਟੈਸਟ, ਫਿਰ 9। ਇੱਥੇ ਮੈਂ ਥੋੜ੍ਹੇ ਟੋਕਦਾ, ਗਲਤ ਕਰ ਸਹੀ ਕਰਦਾ ਤੁਹਾਨੂੰ, ਜਿਵੇਂ ਹੁਣ ਐਨ ਵੈਰੀਏਬਲ ਨੂੰ ਆਪਾਂ ਪ੍ਰਿੰਟ ਕਰਾਇਆ, ਉਹ ਟੈਸਟ ਦੇ ਵਿੱਚ ਅਸੀਂ ਲਿਖਿਆ ਐਨ ਨੂੰ ਪ੍ਰਿੰਟ ਕਰ ਦੇ, ਐਨ ਵੈਰੀਏਬਲ ਟੈਸਟ ਦਾ ਨਹੀਂ ਨਾ ਹੈਗਾ, ਉਹ ਮੇਨ ਦਾ ਆ। ਇੱਥੇ ਰਨ ਤਾਂ ਬਾਅਦ ਦੀ ਗੱਲ ਹੈ, ਕੰਪਿਊਟਰ ਨੇ ਕੰਪਾਈਲੇਸ਼ਨ 'ਤੇ ਹੀ ਐਰਰ ਦੇ ਦੇਣੀ ਹੈ, ਆਪਾਂ ਟੈਸਟ ਵਿੱਚ ਮੇਨ ਦੇ ਐਨ ਨੂੰ ਨਹੀਂ ਯੂਜ਼ ਕਰ ਸਕਦੇ। ਜਿਹੜਾ ਮੇਨ 'ਚ ਵੈਰੀਏਬਲ ਬਣਾਏ ਨੇ ਉਹਨੂੰ ਆਪਾਂ ਮੇਨ 'ਚ ਹੀ ਵਰਤ ਸਕਦੇ ਹਾਂ, ਟੈਸਟ 'ਚ ਨਹੀਂ ਵਰਤ ਸਕਦੇ। ਜੇ ਟੈਸਟ ਵਿੱਚ ਕੋਈ ਵੈਰੀਏਬਲ ਬਣਾਇਆ ਹੋਵੇ ਉਹਨੂੰ ਆਪਾਂ ਟੈਸਟ 'ਚ ਯੂਜ਼ ਕਰੋ, ਮੇਨ 'ਚ ਨਹੀਂ ਯੂਜ਼ ਕਰ ਸਕਦੇ। ਹੁਣ ਜੇ ਤੁਸੀਂ ਇਹ ਪ੍ਰੋਗਰਾਮ ਰਨ ਕਰੋਗੇ ਨਾ, ਰਨ ਹੋਣਾ ਹੀ ਨਹੀਂ ਹੈ, ਮੈਂ ਐਵੇਂ ਹਵਾ 'ਚ ਹੀ ਰਨ ਕਰਤਾ ਸੀ, ਪਰ ਦੇਖਿਓ ਜੇ ਤੁਸੀਂ ਰਨ ਕਮਾਂਡ ਅਪਲਾਈ ਕਰਦੇ ਹੋ, ਰਨ ਰਨ, ਕੰਪਾਈਲੇਸ਼ਨ ਨੇ ਹੀ ਰੋਕ ਲੈਣਾ ਆ। ਐਰਰ ਆ ਗਈ, ਇੱਕ ਐਰਰ ਹੈ, ਐਂਟਰ ਦੱਬੋ, ਐਰਰ ਕੀ ਹੈ, ਐਨ ਵੈਰੀਏਬਲ ਅਨਡਿਫਾਈਨਡ ਹੈ। ਤੋ ਜੇ ਅਗਰ ਆਪਾਂ ਟੈਸਟ ਵਿੱਚ ਕਹਿ ਰਹੇ ਹਾਂ ਕਿ ਐਨ ਨੂੰ ਪ੍ਰਿੰਟ ਕਰਦੇ, ਤਾਂ ਟੈਸਟ ਵਿੱਚ ਐਨ ਬਣਾਉਣਾ ਜ਼ਰੂਰੀ ਹੈ, ਮੇਨ ਦੇ ਐਨ, ਭਾਵੇਂ ਕਿ ਹੈਗਾ ਇਸ ਵੇਲੇ ਐਨ, ਉਹ ਮੇਨ 'ਚ ਹੈ, ਟੈਸਟ ਦਾ ਨਹੀਂ ਹੈ, ਤਾਂ ਟੈਸਟ ਨੂੰ ਕੋਈ ਹੱਕ ਨਹੀਂ ਹੈ, ਕੋਈ ਅਧਿਕਾਰ ਨਹੀਂ ਹੈ, ਕੋਈ ਉਹਦੇ 'ਚ ਪਾਵਰ ਨਹੀਂ ਹੈ ਕਿ ਉਹ ਮੇਨ ਕਿਸੇ ਵੈਰੀਏਬਲ ਨੂੰ ਵਰਤ ਸਕੇ। ਇਜ਼ ਇਟ ਕਲੀਅਰ? ਤੋ ਜੇ ਅਸੀਂ ਇਹ ਚਾਹੁੰਦੇ ਹਾਂ ਕਿ ਜਿਹੜਾ ਵੈਰੀਏਬਲ ਆਪਾਂ ਮੇਨ 'ਚ ਐਨ ਬਣਾਇਆ ਉਹਨੂੰ ਆਪਾਂ ਟੈਸਟ 'ਚ ਪ੍ਰਿੰਟ ਕਰਾਉਣਾ ਹੋਵੇ, ਫਿਰ ਕੀ ਕਰਨਾ ਪੈਣਾ ਆ? ਜੇ ਆਪਾਂ ਐਨ ਦੀ ਵੈਲਿਊ ਨੂੰ ਟੈਸਟ ਦੇ ਥਰੂ ਪ੍ਰਿੰਟ ਕਰਵਾਉਣਾ ਚਾਹੁੰਦੇ ਹਾਂ, ਤਾਂ ਆਪਣੇ ਕੋਲ ਇਹ ਵੇ ਹੈ, ਆਪਾਂ ਟੈਸਟ ਵਿੱਚ ਇੱਥੇ ਇੱਕ ਆਰਗੂਮੈਂਟ ਵੈਰੀਏਬਲ ਪਾਸ ਕਰ ਲਈਏ, ਜਿੱਦਾਂ ਪਹਿਲਾਂ ਕੀਤਾ ਸੀਗਾ, ਆਪਾਂ ਪ੍ਰਿੰਟ ਲਾਈਨ ਫੰਕਸ਼ਨ ਦੇ ਵਿੱਚ ਇਹ ਪਾਸ ਕੀਤਾ ਸੀ ਕਿ ਲੈਂਥ ਕਿੰਨੀ ਆ, ਉਹ ਲੰਬਾਈ ਕਿੰਨੀ ਹੈ ਨਾ, ਉਹਦੇ ਵਾਸਤੇ ਆਪਾਂ ਬ੍ਰੈਕਟ ਦੇ ਵਿੱਚ ਵੈਲਿਊ ਦਿੱਤੀ, ਔਰ ਉੱਧਰ ਆਪਾਂ ਨੇ ਇੱਕ ਵੈਰੀਏਬਲ ਲਗਾ ਕੇ ਉੱਥੇ ਵੈਰੀਏਬਲ ਨਵਾਂ ਬਣਾਇਆ, ਟੈਸਟ ਨੂੰ ਟੈਸਟ ਵਿੱਚ ਵੈਰੀਏਬਲ ਨਵਾਂ ਬਣਾਇਆ।
ਹੁਣ ਇੱਥੇ ਮੈਂ ਤੁਹਾਨੂੰ ਕਰਕੇ ਦਿਖਾਉਂਦਾ ਉਵੇਂ ਜੇ ਮੈਂ ਇਹ ਚਾਹੁੰਦਾ ਕਿ ਮੇਨ ਦੀ ਐਨ ਵਾਲੀ ਵੈਲਿਊ ਟੈਸਟ 'ਚ ਜਾਵੇ ਤਾਂ ਮੇਰੇ ਕੋਲ ਇਹ ਵੇ ਹੈ, ਮੈਂ ਟੈਸਟ ਵਿੱਚ ਇੱਥੇ ਐਨ ਲਿਖ ਦਿੰਦਾ, ਐਨ ਮੈਂ ਪਾਸ ਔਨ ਕਰਤੀ, ਟੈਸਟ ਨੂੰ ਦੇ ਦਿੱਤੀ। ਔਰ ਟੈਸਟ ਵਿੱਚ ਵੀ ਫਿਰ ਆਪਾਂ ਨੂੰ ਉੱਥੇ ਲਿਖਣਾ ਪਊਗਾ ਨਾ ਰਿਸੀਵ ਕਰਨ ਵਾਸਤੇ ਕੋਈ ਵੇਰੀਏਬਲ INT ਇੰਟ। ਹੁਣ ਨਾਮ ਚੋਂ ਚਾਹੇ ਤੁਸੀਂ ਐਨ ਦੇ ਦਿਓ, ਜਿਵੇਂ ਮੈਂ ਪਹਿਲਾਂ ਦੱਸ ਚੁੱਕਿਆ ਵੀ ਸੇਮ ਨਾਮ ਦੁਬਾਰਾ ਦੇ ਸਕਦੇ ਹਾਂ, ਉਹ ਟੈਸਟ ਵਿੱਚ ਹੈ, ਇਹ ਮੇਨ 'ਚ ਹੈ, ਨਾਮਾਂ ਨੂੰ ਕੋਈ ਕੋਈ ਕਨਫਲਿਕਟ ਨਹੀਂ ਹੁੰਦਾ ਹੈਗਾ, ਟੈਸਟ ਵਿੱਚ ਵੀ ਐਨ ਬਣ ਜੂਗਾ, ਮੇਨ 'ਚ ਵੀ ਐਨ ਬਣਿਆ ਹੋਇਆ, ਮੇਨ ਦੇ ਐਨ ਦੀ ਵੈਲਿਊ ਟੈਸਟ ਦੇ ਐਨ 'ਚ ਚਲੇ ਜਾਊਗੀ। ਜਾਂ ਜੇ ਕੋਈ ਡਾਊਟ ਹੈ, ਹਾਲੇ ਆਪਾਂ N1 ਦੇ ਦਿੰਦੇ ਹਾਂ, ਮੈਂ ਉਹ ਦੱਸਿਆ ਵੀ N ਵੀ ਦੇ ਸਕਦੇ ਹਾਂ, ਜੇ N1 ਦਿੱਤੀ ਤਾਂ ਇਹਦਾ ਮਤਲਬ ਕਿ ਜਿਹੜਾ ਮੇਨ 'ਚ N ਹੈ ਉਹਦੀ ਵੈਲਿਊ N1 'ਚ ਕਾਪੀ ਹੋ ਜਾਊਗੀ। ਹੁਣ N1 ਦੀ ਵੈਲਿਊ ਨੂੰ ਇੱਥੇ ਆਪਾਂ ਪ੍ਰਿੰਟ ਕਰਾਵਾਂਗੇ ਤਾਂ ਆਪਾਂ ਨੂੰ ਉਹੀ ਮੇਨ 'ਤੇ ਜਿਹੜਾ N ਹੈ ਉਹਦੀ ਵੈਲਿਊ ਪ੍ਰਿੰਟ ਮਿਲ ਜਾਊਗੀ। ਇਸੇ ਕਰਕੇ ਆਪਾਂ ਪਿੱਛੇ ਜਿਹੜਾ ਪ੍ਰੋਗਰਾਮ ਬਣਾਇਆ ਸੀ ਉਹਦੇ 'ਚ ਅਸੀਂ ਫੰਕਸ਼ਨ ਨੂੰ ਵੈਲਿਊ ਦਿੰਦੇ ਸੀ ਤਾਂ ਉਹ ਵੈਲਿਊ ਯੂਜ਼ ਕਰਦਾ ਸੀ, ਬਿਨਾਂ ਦਿੱਤਿਓ ਉਹ ਉਹਦੇ ਮੇਨ ਦੀ ਵੈਲਿਊ ਨੂੰ ਯੂਜ਼ ਨਹੀਂ ਕਰ ਸਕਦਾ। ਹੁਣ ਜੇ ਮੈਨੂੰ ਰਨ ਕਰੂੰਗਾ ਐਰਰ ਨਹੀਂ ਆਊਗੀ, ਹੁਣ ਚੱਲ ਪੈਣਾ ਚਾਹੀਦਾ ਇਹ, ਆਪਾਂ ਚਲਾ ਕੇ ਦੇਖ ਲੈਂਦੇ ਹਾਂ। ਰਨ ਕੀਤਾ, ਐਰਰ ਨਹੀਂ, ਆਉਟਪੁੱਟ ਆ ਗਿਆ। ਆਉਟਪੁੱਟ ਕੀ ਆਇਆ ਹੋਊਗਾ? ਸਭ ਤੋਂ ਪਹਿਲਾਂ ਆਪਾਂ ਨੇ ਪ੍ਰਿੰਟ ਕਰਾਇਆ ਇਸ ਨੂੰ, ਆ ਇਸ ਨੂੰ, ਤਾਂ ਕੀ ਪ੍ਰਿੰਟ ਹੋਇਆ ਹੋਊਗਾ? ਉਸ ਤੋਂ ਬਾਅਦ ਨਵੀਂ ਲਾਈਨ 'ਚ ਜਾ ਕੇ ਆਪਾਂ ਨੇ ਟੈਸਟ ਪ੍ਰਿੰਟ ਟੈਸਟ ਭੇਜਿਆ, ਟੈਸਟ ਨੇ ਕੀ ਕੀਤਾ, ਪਹਿਲਾਂ N1 ਨੂੰ ਪ੍ਰਿੰਟ ਕਰਤਾ, N1 'ਚ ਉਹੀ ਹੈ ਜੋ ਐਨ ਆ, ਐਨ ਦੀ ਵੈਲਿਊ 9 ਹੈ ਤਾਂ 9 ਪ੍ਰਿੰਟ ਹੋਜੂਗੀ। ਉਹ ਤੋਂ ਬਾਅਦ ਫਿਰ ਆਪਾਂ ਐਸ ਪ੍ਰਿੰਟ ਕਰਾਇਆ, ਟੈਸਟ ਪ੍ਰਿੰਟ ਹੋਜੂਗਾ। ਤੋ ਆਉਟਪੁੱਟ ਆਪਾਂ ਚੈੱਕ ਕਰ ਲੈਂਦੇ ਹਾਂ, ਆਲਟਰ F5 ਦੱਬਿਆ, ਮੇਨ ਟੈਸਟ, ਦੁਬਾਰਾ ਫਿਰ ਮੇਨ ਕਾਹਦੇ ਪ੍ਰਿੰਟ ਹੋ ਗਿਆ। ਅੱਛਾ, ਨੀਚੇ ਵੀ ਆਪਾਂ ਨੇ ਐਸ ਪ੍ਰਿੰਟ ਕਰਾਇਆ ਹੋਇਆ ਨਾ, ਇਸ ਕਰਕੇ ਦੁਬਾਰਾ ਵੀ ਮੇਨ ਪ੍ਰਿੰਟ ਹੋ ਗਿਆ। ਲੂਪ ਨਹੀਂ ਲਾਇਆ, ਜੇ ਆਪਾਂ ਕਈ ਵਾਰੀ ਪ੍ਰਿੰਟ ਕਰਨਾ ਵੀ ਫਿਰ ਲੂਪ ਲਾਉਂਦੇ ਹੁੰਦੇ ਹਾਂ ਨਾ। ਇਹ ਤਾਂ ਚਲੋ ਮੈਂ ਤੁਹਾਨੂੰ ਦਿਖਾਉਣਾ ਹੀ ਸੀ ਸਿਰਫ ਵੀ ਵੈਰੀਏਬਲਸ ਨੂੰ ਫੰਕਸ਼ਨ ਦੇ ਵਿੱਚ ਉਹਦਾ ਸਕੋਪ ਕੀ ਹੈ, ਕਿ ਆਪਾਂ ਜਿਹੜੇ ਵੈਰੀਏਬਲ ਨੂੰ ਜਿਹੜੇ ਫੰਕਸ਼ਨ 'ਚ ਬਣਾਇਆ ਉਸ ਵੈਰੀਏਬਲ 'ਚ ਉਹਦਾ ਸਕੋਪ ਉਹਦੇ ਵਿੱਚ ਆਪਾਂ ਨੂੰ ਯੂਜ਼ ਕਰ ਸਕਦੇ ਹਾਂ, ਉਸ ਤੋਂ ਬਾਹਰ ਨਹੀਂ। ਹੁਣ ਮੈਂ ਟੋਪਿਕ 'ਤੇ ਆ ਜਾਂਦਾ। ਥਿਓਰੈਟੀਕਲੀ ਜਦ ਤੁਸੀਂ ਕੋਈ ਸੀ ਲੈਂਗੁਏਜ ਦਾ ਇਹ ਟੋਪਿਕ ਪੜ੍ਹੋਗੇ ਨਾ ਤਾਂ ਉਹਦੇ 'ਚ ਐਂ ਲਿਖਿਆ ਹੋਊਗਾ, ਮੈਂ ਇੱਥੇ ਲਿਖ ਵੀ ਦਿੰਦਾ, ਇਹਨੂੰ ਆਪਾਂ ਕਹਿੰਦੇ ਹਾਂ ਲੋਕਲ ਵੈਰੀਏਬਲ, ਲੋਕਲ ਵੀ ਕਹਿੰਦੇ ਹਾਂ, ਗਲੋਬਲ ਵੀ ਕਹਿ ਸੋਰੀ ਆਟੋਮੈਟਿਕ ਵੀ ਕਹਿ ਦਿੰਦੇ ਹਾਂ। ਮੈਂ ਕਮੈਂਟ ਬਣਾ ਕੇ ਵਿੱਚ ਲਿਖ ਦਿੰਦਾ, ਜੋ ਟੋਪਿਕ ਆਪਾਂ ਹੁਣ ਕਰਨ ਲੱਗੇ ਹਾਂ ਉਹ ਹੈ ਲੋਕਲ ਵੈਰੀਏਬਲਸ, ਆਲਸੋ ਕਾਲਡ ਆਟੋਮੈਟਿਕ ਵੈਰੀਏਬਲਸ। ਇਹ ਕੀ ਹੁੰਦੇ ਨੇ? ਜਿਹੜੇ ਵੈਰੀਏਬਲ ਕਿਸੇ ਫੰਕਸ਼ਨ ਦੇ ਵਿੱਚ ਆਪਾਂ ਡੈਕਲੇਅਰ ਕਰਦੇ ਹਾਂ, ਦਾ ਵੈਰੀਏਬਲ ਵਿੱਚ ਆਰ ਡੈਕਲੇਅਰਡ ਵਿਦਇਨ ਬਾਡੀ ਆਫ ਐਨੀ ਫੰਕਸ਼ਨ ਇਜ ਕਾਲਡ ਲੋਕਲ ਔਰ ਆਟੋ ਵੈਰੀਏਬਲਸ, ਆਟੋਮੈਟਿਕ ਵੈਰੀਏਬਲਸ ਜਾਂ ਲੋਕਲਸ। ਔਰ ਇਹਨਾਂ ਵੈਰੀਏਬਲਸ ਨੂੰ ਆਪਾਂ ਆਪਣੇ ਫੰਕਸ਼ਨ ਦੇ ਅੰਦਰ ਹੀ ਯੂਜ਼ ਕਰ ਸਕਦੇ ਹਾਂ, ਫੰਕਸ਼ਨ ਤੋਂ ਬਾਹਰ ਯੂਜ਼ ਨਹੀਂ ਕਰ ਸਕਦੇ। ਸਕੋਪ ਦੀ ਗੱਲ ਕਰਦੇ ਹਾਂ, ਇਹਦਾ ਸਕੋਪ ਕੀ ਹੈ? ਸਕੋਪ ਮਤਲਬ ਕਿੱਥੇ ਯੂਜ਼ ਕਰ ਸਕਦੇ ਹਾਂ? ਵੀ ਕੈਨ ਯੂਜ਼ ਲੋਕਲ ਵੈਰੀਏਬਲਸ ਓਨਲੀ ਵਿਦਇਨ ਇਟਸ ਫੰਕਸ਼ਨ, ਇਟ ਇਜ਼ ਨਾਟ ਵਿਜ਼ੀਬਲ ਇਟ ਇਜ਼ ਨਾਟ ਵਿਜ਼ੀਬਲ ਆਊਟਸਾਈਡ ਦਾ ਫੰਕਸ਼ਨ ਦੈਟ ਡੈਕਲੇਅਰ ਇਟ। ਜਿਹੜੇ ਫੰਕਸ਼ਨ 'ਚ ਇਹਨੂੰ ਡੈਕਲੇਅਰ ਕੀਤਾ ਉਸ ਫੰਕਸ਼ਨ ਤੋਂ ਅਸੀਂ ਬਾਹਰ ਇਹਨੂੰ ਯੂਜ ਨਹੀਂ ਕਰ ਸਕਦੇ, ਉੱਥੇ ਵਿਜ਼ੀਬਲ ਹੀ ਹੈ ਨਹੀਂ ਗਾ, ਦਿਖਣਾ ਹੀ ਹੈ ਨਹੀਂ ਗਾ। ਤਦ ਹੀ ਕਰਕੇ ਟੈਸਟ ਨੇ ਕੀ ਕਹਿੰਦਾ ਸੀਗਾ, ਐਨ
ਹੈ ਨੀਗਾ, ਕਹਿੰਦਾ ਐਨ ਹੈ ਨੀਗਾ। ਤੇ ਹੁਣ ਆਪਾਂ ਇੱਕ ਗੱਲ ਹੋਰ ਕਰਨੀ ਹੈ, ਲਾਈਫ ਲਾਈਫ ਟਾਈਮ ਇਹਦੇ ਬਾਰੇ ਵੀ ਸਮਝਾਇਆ ਜਾਵੇ, ਜ਼ਰੂਰੀ ਹੈ। ਜਿਹੜਾ ਲੋਕਲ ਵੇਰੀਏਬਲ ਉਹਦੀ ਜ਼ਿੰਦਗੀ, ਉਹਦਾ ਲਾਈਫ ਟਾਈਮ ਕੀ ਹੈ, ਉਹਦੀ ਉਮਰ ਕਿੰਨੀ ਕੁ ਹੈ। ਹੁਣ ਜਿਵੇਂ ਟੈਸਟ ਫੰਕਸ਼ਨ ਹੈ, ਟੈਸਟ ਫੰਕਸ਼ਨ ਜਦੋਂ ਚੱਲੂਗਾ ਤਾਂ ਇਹਦੇ ਵਿੱਚ ਕਿੰਨੇ ਵੇਰੀਏਬਲ ਆਪਾਂ ਵਰਤੇ ਹੋਏ ਨੇ, ਕਿੰਨੇ ਵੇਰੀਏਬਲ ਬਣਾਏ ਨੇ। ਇੱਕ ਐਨ ਵਨ ਬਣਾਇਆ, ਐਨ ਵਨ ਵੀ ਟੈਸਟ ਦੇ ਵਿੱਚ ਲੋਕਲ ਵੇਰੀਏਬਲ ਹੈ। ਔਰ ਦੂਸਰਾ ਐਸ ਐਰੇ ਬਣਾਇਆ, ਐਰੇ ਵੀ ਵੇਰੀਏਬਲ ਹੀ ਹੈ, ਐਸ ਐਰੇ ਹੈ ਜਾਂ ਐਸ ਵੇਰੀਏਬਲ ਹੈ, ਉਹ ਵੀ ਟੈਸਟ ਦਾ ਲੋਕਲ ਵੇਰੀਏਬਲ ਹੀ ਹੈ। ਇਹਨਾਂ ਦੋਨਾਂ ਵੇਰੀਏਬਲਾਂ ਦੀ ਮੈਮਰੀ ਵਿੱਚ ਹੋਂਦ ਜਾਂ ਮੈਮਰੀ ਵਿੱਚ ਲਾਈਫ ਸਟਾਰਟ ਕਦੋਂ ਹੋਣੀ ਹੈ। ਮੰਨ ਲਓ ਮੈਂ ਪ੍ਰੋਗਰਾਮ ਰਨ ਕੀਤਾ, ਸਭ ਤੋਂ ਪਹਿਲਾਂ ਤਾਂ ਉਹਨੇ ਮੇਨ ਪ੍ਰੋਗਰਾਮ ਮੇਨ ਫੰਕਸ਼ਨ ਜਦੋਂ ਮੈਂ ਕੰਟਰੋਲ F9 ਜਾਂ ਰਨ ਕਮਾਂਡ ਦਊਂਗਾ ਤਾਂ ਮੇਨ ਤੋਂ ਉਹਨੇ ਐਗਜੀਕਿਊਸ਼ਨ ਸਟਾਰਟ ਕਰਨੀ ਹੈ। ਮੇਨ ਦੇ ਵਿੱਚ ਸਭ ਤੋਂ ਪਹਿਲੀ ਸਟੇਟਮੈਂਟ ਮੇਰੀ ਹੈ ਐਨ ਇੱਕ ਇੰਟੀਜਰ ਵੇਰੀਏਬਲ ਬਣੇ, ਉਹਦੀ ਵੈਲਿਊ 9 ਹੋ ਜਾਵੇ। ਮੈਮਰੀ ਵਿੱਚ ਇੱਕ 2 ਬਾਈਟਸ ਥਾਂ ਘੇਰ ਲੂਗਾ, ਐਨ ਵੇਰੀਏਬਲ ਮੈਮਰੀ 'ਚ ਬਣ ਜਾਊਗਾ, ਉਹਦੇ ਵਿੱਚ 9 ਸਟੋਰ ਹੋ ਜਾਊਗਾ। ਉਸ ਤੋਂ ਬਾਅਦ ਫਿਰ ਕੀ ਹੋਊਗਾ, ਐਸ ਇੱਕ ਐਰੇ 10 ਬਾਈਟਸ ਦਾ ਜਾਂ 10 ਬਾਈਟਸ ਦਾ ਇੱਕ ਐਰੇ ਬਣ ਗਿਆ, ਉਹਦਾ ਨਾਮ ਰੱਖਤਾ ਐਸ, ਉਹਦੇ ਵਿੱਚ ਮੇਨ ਸਟੋਰ ਹੋ ਗਿਆ। ਇਹ ਐਨ ਵੀ ਅਤੇ ਐਸ ਵੀ ਦੋਨੋਂ ਵੇਰੀਏਬਲ ਮੇਨ ਦੇ ਵਿੱਚ ਬਣਾਏ ਗਏ ਨੇ, ਯਾਨੀ ਕਿ ਮੇਨ ਦੇ ਅੰਦਰ ਆਪਾਂ ਇਹਨਾਂ ਦੋਨਾਂ ਨੂੰ ਯੂਜ਼ ਕਰ ਸਕਦੇ ਹਾਂ, ਇਹ ਦੋਨੋਂ ਮੇਨ ਦੇ ਲੋਕਲ ਵੇਰੀਏਬਲ ਨੇ। ਉਸ ਤੋਂ ਬਾਅਦ ਫਿਰ ਕੀ ਹੋਊਗਾ, ਐਸ ਨੂੰ ਪ੍ਰਿੰਟ ਕਰਵਾ ਤਾ, ਮੇਨ ਪ੍ਰਿੰਟ ਹੋ ਜਾਊਗਾ। ਜਿਹੜੇ ਵੇਰੀਏਬਲ ਆਪਾਂ ਟੈਸਟ 'ਚ ਡਿਕਲੇਅਰ ਕੀਤੇ ਨੇ ਐਨ ਵਨ ਜਾਂ ਐਸ, ਉਹ ਹਾਲੇ ਨਹੀਂ ਬਣੇ ਹੈਗੇ, ਹਾਲੇ ਉਹਨਾਂ ਨੇ ਮੈਮਰੀ 'ਚ ਕੋਈ ਥਾਂ ਨਹੀਂ ਘੇਰੀ ਹੈਗੀ। ਮੇਨ ਐਸ ਸਟੋਰ ਹੈ, ਉਹ ਪ੍ਰਿੰਟ ਹੋ ਜਾਊਗਾ। ਉਸ ਤੋਂ ਬਾਅਦ ਆਪਾਂ ਨੇ ਕੀ ਕੀਤਾ ਆ, ਇੱਕ ਹਾਂ ਟੈਸਟ ਨੂੰ ਕਾਲ ਕਰਤਾ। ਜਦੋਂ ਕੰਪਿਊਟਰ ਇਸ ਲਾਈਨ 'ਤੇ ਪਹੁੰਚੂਗਾ ਕਿ ਟੈਸਟ ਚੱਲੇ, ਆਹ ਲਾਈਨ 'ਤੇ ਪਹੁੰਚੂਗਾ, ਤਾਂ ਟੈਸਟ ਦੀ ਐਗਜੀਕਿਊਸ਼ਨ ਕਰਨ ਵਾਸਤੇ ਐਗਜੀਕਿਊਸ਼ਨ ਕੰਟਰੋਲ ਟੈਸਟ ਫੰਕਸ਼ਨ 'ਤੇ ਪਹੁੰਚੂਗਾ। ਤਾਂ ਫਿਰ ਜਦੋਂ ਟੈਸਟ 'ਤੇ ਪਹੁੰਚੂਗਾ ਫਿਰ ਕੀ ਹੋਊਗਾ ਜੀ, ਉੱਥੇ ਉਹ ਇੱਕ ਐਰੇ ਨਵਾਂ ਬਣਾਊਗਾ, ਉਹਦਾ ਨਾਂ ਰੱਖੂਗਾ ਨਾ ਸਭ ਤੋਂ ਪਹਿਲਾਂ ਐਨ ਵਨ ਬਣਾਊਗਾ। ਹੁਣ ਜਦੋਂ ਟੈਸਟ ਦੀ ਐਗਜੀਕਿਊਸ਼ਨ ਸਟਾਰਟ ਹੋਈ ਉਦੋਂ ਐਨ ਵਨ ਬਣੂਗਾ। ਐਨ ਵਨ ਦੀ ਵੈਲਿਊ ਕਿੱਥੋਂ ਮਿਲੂਗੀ, ਟੈਸਟ ਨੂੰ ਜਦੋਂ ਕਾਲ ਕੀਤਾ ਬੈਕ 'ਚ ਆਪਾਂ ਵੈਲਿਊ ਭੇਜੀ ਹੋਊਗੀ, ਉਹ ਵੈਲਿਊ ਐਨ ਵਨ 'ਚ ਆ ਜਾਊਗੀ। ਟੈਸਟ ਨੂੰ ਕਾਲ ਕਰਨ ਲੱਗਿਆਂ ਬੈਕ 'ਚ ਆਪਾਂ ਐਨ ਪਾਇਆ, ਐਨ ਦੀ ਵੈਲਿਊ 9 ਹੈ, ਐਨ ਵਨ ਵੀ 9 ਹੀ ਬਣ ਗਿਆ, ਕਾਪੀ ਹੋ ਗਏ। ਦੈਨ ਐਸ ਬਣਿਆ, ਇੱਕ ਹੋਰ ਐਸ ਬਣਿਆ, ਇੱਕ ਪਹਿਲਾਂ ਐਸ ਬਣਿਆ ਹੋਇਆ ਉਹ ਮੇਨ ਦਾ ਆ, ਇੱਕ ਹੋਰ ਐਸ ਬਣਿਆ ਉਹ ਟੈਸਟ ਦਾ ਆ। ਜਿਹੜਾ ਹੁਣ ਨਵਾਂ ਐਸ ਬਣਿਆ ਟੈਸਟ ਦਾ, ਉਹਦੇ ਵਿੱਚ ਟੈਸਟ ਸਟੋਰ ਹੋ ਗਿਆ। ਉਸ ਤੋਂ ਬਾਅਦ ਉਹਨੂੰ ਆਪਾਂ ਕਹਿੰਦਾ ਐਨ ਵਨ ਦੀ ਵੈਲਿਊ ਪ੍ਰਿੰਟ ਕਰ ਦੇ, ਕਰ ਦੂਗਾ 9, ਐਸ ਦੀ ਵੈਲਿਊ ਪ੍ਰਿੰਟ ਕਰ ਦੇ, ਟੈਸਟ ਪ੍ਰਿੰਟ ਕਰ ਦੂਗਾ। ਫਿਰ ਜਦੋਂ ਉਹ ਟੈਸਟ ਨੂੰ ਐਗਜੀਕਿਊਟ ਕਰਨ ਤੋਂ ਬਾਅਦ ਆਹ ਬ੍ਰੈਕਟ ਇਹ ਇੱਥੇ ਪਹੁੰਚੂਗਾ ਐਸ ਬ੍ਰੈਕਟ 'ਤੇ, ਇਹ ਬ੍ਰੈਕਟ ਦਾ ਮਤਲਬ ਹੈ ਟੈਸਟ ਫੰਕਸ਼ਨ ਦਾ ਐਂਡ ਹੋ ਗਿਆ। ਜਦੋਂ ਟੈਸਟ ਫੰਕਸ਼ਨ ਦਾ ਐਂਡ ਹੋਊਗਾ ਤਾਂ ਉਸ ਵੇਲੇ ਉਹ ਜਿੰਨੇ ਵੀ ਟੈਸਟ ਦੇ ਲੋਕਲ ਵੇਰੀਏਬਲਸ ਬਣਾਏ ਨੇ ਉਹਨਾਂ ਸਾਰਿਆਂ ਨੂੰ ਮਟੇਊਗਾ, ਖਤਮ ਕਰ ਦੂਗਾ, ਮੈਮਰੀ ਫ੍ਰੀ ਕਰ ਦੂਗਾ। ਤੋ ਟੈਸਟ ਦੇ ਅੰਦਰ 2 ਵੇਰੀਏਬਲ ਬਣਾਏ ਨੇ, ਇੱਕ ਐਨ ਵਨ ਇੱਕ ਐਸ, ਐਨ ਵਨ ਵੀ ਐਸ ਵੀ ਦੋਨੋਂ ਮੈਮਰੀ 'ਚੋਂ ਫ੍ਰੀ ਹੋ ਜਾਣਗੇ, ਦੋਨੋਂ ਸਪੇਸਾਂ ਨੂੰ ਉਹ ਡੀ ਐਲੋਕੇਟ ਕਰ ਦੂਗਾ। ਮਤਲਬ ਐਨ ਵੇਰੀਏਬਲ ਮਟੇ ਦੂਗਾ ਐਸ ਵੇਰੀਏਬਲ, ਸੋਰੀ ਐਨ ਵਨ ਵੇਰੀਏਬਲ ਮਟੇ ਦੂਗਾ, ਐਸ ਵੀ ਮਟੇ ਦੂਗਾ। ਔਰ ਮਟੇਣ ਤੋਂ ਬਾਅਦ ਫਿਰ ਉਹ ਇੱਥੋਂ ਵਾਪਸ ਮੇਨ 'ਚ ਚਲਿਆ ਜਾਊਗਾ, ਜਿੱਥੇ ਉਹ ਆਹ ਲਾਈਨ ਨੂੰ ਨੈਕਸਟ ਲਾਈਨ 'ਤੇ ਆ ਜਾਊਗਾ। ਨੈਕਸਟ ਲਾਈਨ ਇਹ ਬਣ ਗਈ ਨਾ, ਇੱਥੇ ਆਊਗਾ ਤਾਂ ਹੁਣ ਮੈਮਰੀ ਵਿੱਚ ਜਿਹੜੀ ਸਪੇਸ ਆਕੂਪਾਈ ਕੀਤੀ ਹੋਈ ਹੈ ਸਿਰਫ ਉਹੀ ਹੈ ਜਿਹੜੀ ਮੇਨ ਨੇ ਆਕੂਪਾਈ ਕੀਤੀ ਆ। ਇੱਕ ਵੇਰੀਏਬਲ ਐਨ ਬਣਾਇਆ ਹੋਇਆ, ਇੱਕ ਐਸ ਬਣਾਇਆ ਹੋਇਆ, ਐਨ ਵਨ ਮੈਮਰੀ 'ਚੋਂ ਖਤਮ ਹੋ ਗਿਆ, ਡਿਲੀਟ ਹੋ ਗਿਆ। ਜਿਹੜਾ ਟੈਸਟ ਦਾ ਐਸ ਸੀ ਉਹ ਵੀ ਡਿਲੀਟ ਹੋ ਗਿਆ। ਤੋ ਲਾਈਫ ਟਾਈਮ ਦੇ ਬਾਰੇ ਮੈਂ ਜੋ ਦੱਸਣਾ ਸੀਗਾ ਇਹੀ ਸੀ ਕਿ ਜਿਹੜੇ ਆਪਾਂ ਵੈਰੀਏਬਲ ਕਿਸੇ ਫੰਕਸ਼ਨ 'ਚ ਬਣਾਉਂਦੇ ਹਾਂ, ਡਿਕਲੇਅਰ ਕਰਦੇ ਹਾਂ, ਉਹ ਵੈਰੀਏਬਲ ਮੈਮਰੀ 'ਚ ਥਾਂ ਉਦੋਂ ਘੇਰਦੇ ਨੇ ਜਦੋਂ ਫੰਕਸ਼ਨ ਦੀ ਐਗਜੀਕਿਊਸ਼ਨ ਸਟਾਰਟ ਹੋਣੀ ਹੈ। ਔਰ ਐਗਜੀਕਿਊਸ਼ਨ ਜਦ ਤੱਕ ਚੱਲ ਰਹੀ ਹੈ ਉਦੋਂ ਤੱਕ ਉਹ ਮੈਮਰੀ ਥਾਂ ਘੇਰਣਗੇ। ਜਿੱਦਾਂ ਹੀ ਫੰਕਸ਼ਨ ਦੀ ਐਗਜੀਕਿਊਸ਼ਨ ਫਿਨਿਸ਼ ਹੁੰਦੀ ਹੈ, ਇਮੀਡੀਏਟਲੀ ਉਹ ਸਾਰੇ ਵੈਰੀਏਬਲ ਮੈਮਰੀ ਵਿੱਚੋਂ ਡਿਲੀਟ ਹੋ ਕੇ ਉਹ ਜਿਹੜੀ ਸਪੇਸ ਆ ਉਹਨੂੰ ਫ੍ਰੀ ਕਰ ਦਿੰਦੇ ਨੇ। ਤੋ ਲਾਈਫ ਟਾਈਮ ਦੇ ਵਿੱਚ ਮੈਂ ਇਹ ਕਹਿਣ ਲੱਗਿਆ, ਸ਼ਬਦਾਂ 'ਚ ਲਿਖ ਦਵਾਂ,
ऑटो और लोकल वेरिएबल्स रिमेन स्टोर्ड, नहीं है एक मिनट करता हूँ, वेरिएबल्स आर डिलीटेड, डिलीट मतलब मिटना ना, डिलीटेड फ्रॉम मेमोरी इमीडिएटली व्हेन एग्जीक्यूशन ऑफ द फंक्शन फिनिशेस। फंक्शन दी एग्जीक्यूशन फिनिश होंदे आ सार उहदे जिहड़े लोकल वेरीएबल ने वो मेमोरी विचों डिलीट हो जाते हैं। इनू मैं हुण रन तां कीता होया, समझाउण वाली गल इन्नी की सीगी। हुण इहदे च नैक्सट टाइप दे वेरीएबल ते मैं आउंदा आ, दूजी किस्म दा वेरीएबल जिहनूं आपां कहिंदे आ ग्लोबल वेरीएबल, उह की हुंदे ने। अगर असीं ਜਿਵੇਂ ਆ ਇੱਥੇ ਤਾਂ ਇਸ ਇਨਕਲੂਡ ਕਰ ਲਿਆ ਫਾਈਲਾਂ, ਉਸ ਤੋਂ ਬਾਅਦ ਆਹ ਤਾਂ ਵੈਸੇ ਲਿਖਤਾ ਤੁਹਾਨੂੰ ਦਿਖਾਉਣ ਵਾਸਤੇ, ਇਹਨੂੰ ਤਾਂ ਚਾਹੇ ਮਟੇ ਦੀਏ, ਕੰਪਿਊਟਰ ਨੇ ਇਹਨੂੰ ਐਗਜੀਕਿਊਟ ਤਾਂ ਕਰਨਾ ਹੈ ਨੀਗਾ। ਇਹਨੂੰ ਆਪਾਂ ਕਹਿੰਦੇ ਹਾਂ ਕਮੈਂਟ, ਕਮੈਂਟ ਬਣਾਉਣ ਵਾਸਤੇ ਆਪਾਂ ਨੇ ਕੀ ਕੀਤਾ, ਸਲੈਸ਼ ਸਟਾਰ ਔਰ ਐਂਡ ਦੇ ਉੱਤੇ ਸਟਾਰ ਸਲੈਸ਼, ਇਨ ਬਿਟਵੀਨ ਜੋ ਵੀ ਕੋਡ ਹੈ ਇਹਨੂੰ ਕੰਪਿਊਟਰ ਐਗਜੀਕਿਊਟ ਨਹੀਂ ਕਰੂਗਾ, ਉਹਨੂੰ ਵੈਸੇ ਮੰਨੂਗਾ ਕਿ ਮੈਂ ਆਪਣੇ ਵਾਸਤੇ ਲਿਖਿਆ ਆ। ਇੱਥੇ ਆਹ ਜਿਹੜੀ ਜਗ੍ਹਾ ਆ ਇਹ ਨਾ ਮੇਨ ਦੀ ਹੈ ਨਾ ਟੈਸਟ ਦੀ ਹੈ, ਇਹ ਸਾਂਝੀ ਜਗ੍ਹਾ ਆ ਗਈ। ਮੈਂ ਇੱਥੇ ਵੀ ਵੈਰੀਏਬਲ ਡਿਕਲੇਅਰ ਕਰ ਸਕਦਾ ਹਾਂ, ਮੈਂ ਕਹਿ ਦੇਵਾਂ ਮੰਨ ਲਓ ਫਲੋਟ ਸਪੋਜ਼ ਬੀ, ਮੈਂ ਬੀ ਨਾਂ ਦਾ ਵੈਰੀਏਬਲ ਇੱਥੇ ਬਣਾ ਲਿਆ। ਹੁਣ ਜਿਹੜਾ ਇਹ ਵੈਰੀਏਬਲ ਹੈ ਇਹ ਟੈਸਟ ਦਾ ਹੈ ਨਹੀਂ, ਮੇਨ ਦਾ ਹੈ ਨਹੀਂ, ਇਹ ਦੋਨਾਂ ਦਾ ਹੀ ਆ, ਸਾਂਝਾ ਆ। ਇਹਨੂੰ ਆਪਾਂ ਟੈਸਟ 'ਚ ਵੀ ਯੂਜ਼ ਕਰ ਸਕਦੇ ਹਾਂ ਅਤੇ ਇਹਨੂੰ ਆਪਾਂ ਮੇਨ 'ਚ ਵੀ ਯੂਜ਼ ਕਰ ਸਕਦੇ ਹਾਂ, ਤਾਂ ਕਰਕੇ ਆਪਾਂ ਕਹਿੰਦੇ ਹਾਂ ਕਿ ਇਹ ਗਲੋਬਲ ਵੈਰੀਏਬਲ ਹੈ। ਗਲੋਬਲ ਮੈਨੇ ਪੂਰੀ ਦੁਨੀਆ ਦਾ, ਦੁਨੀਆ ਦਾ ਮਤਲਬ ਇੱਥੇ ਕੀ ਹੈ, ਇਹਦੀ ਦੁਨੀਆ ਇੰਨੀ ਕੀ ਹੈ ਜਿੰਨਾ ਪ੍ਰੋਗਰਾਮ ਹੈ। ਤੋ ਬੀ ਵੈਰੀਏਬਲ ਇਸ ਤਰ੍ਹਾਂ ਦਾ ਆਪਾਂ ਬਣਾ ਲਿਆ ਜਿਹੜਾ ਸਾਂਝਾ ਆ, ਜਿੰਨੇ ਵੀ ਫੰਕਸ਼ਨ ਫਲੋਟ ਬੀ ਤੋਂ ਥੱਲੇ ਆਪਾਂ ਬਣਾਵਾਂਗੇ ਉਹਨਾਂ ਸਾਰਿਆਂ 'ਚ ਆਪਾਂ ਬੀ ਨੂੰ ਯੂਜ਼ ਕਰ ਸਕਦੇ ਹਾਂ। ਅੱਛਾ ਮੰਨ ਲਓ ਮੈਂ ਇੱਥੇ ਵੈਰੀਏਬਲ ਬਣਾ ਲੈਂਦਾ ਹਾਂ ਮੇਨ ਤੋਂ ਪਹਿਲਾਂ ਲੇਕਿਨ ਟੈਸਟ ਤੋਂ ਬਾਅਦ, ਫਲੋਟ ਸੀ, ਮੈਂ ਫਲੋਟ ਟਾਈਪ ਦਾ ਸੀ ਵੈਰੀਏਬਲ ਬਣਾ ਲਿਆ, ਉਹ ਮੈਂ ਬਣਾਇਆ ਟੈਸਟ ਤੋਂ ਬਾਅਦ ਹੈ ਲੇਕਿਨ ਮੇਨ ਤੋਂ ਪਹਿਲਾਂ ਬਣਾ ਲਿਆ। ਫਿਰ ਕੀ ਹੁੰਦਾ ਆ, ਸੀ ਵੀ ਹੈਗਾ ਤਾਂ ਗਲੋਬਲ ਹੀ ਆ ਲੇਕਿਨ ਟੈਸਟ ਵਿੱਚ ਆਪਾਂ ਜੇ ਸੀ ਨੂੰ ਯੂਜ਼ ਕਰਾਂਗੇ ਉਹਨੇ ਕਿਹੜਾ ਹੈ ਨੀਗਾ, ਮੈਨੂੰ ਪਤਾ ਨਹੀਂ ਕਿੱਥੇ ਆ। ਔਰ ਜੇ ਆਪਾਂ ਬੀ ਨੂੰ ਯੂਜ਼ ਕਰਾਂਗੇ ਉਹ ਦੋਨਾਂ 'ਚ ਹੀ ਹੈ, ਟੈਸਟ 'ਚ ਵੀ ਹੈ ਅਤੇ ਮੇਨ 'ਚ ਵੀ ਹੈ। ਹੁਣ ਮੈਂ ਇੱਥੇ ਅਗਰ ਵਰਤਣਾ ਹੋਵੇ ਐਂਡ, ਇੱਥੇ ਮੈਂ ਕਹਿ ਦੇਵਾਂ ਪ੍ਰਿੰਟ ਟੈਫ, ਨਹੀਂ ਇੱਥੇ ਮੈਂ ਕਹਿ ਦੇਵਾਂ ਸੀ ਬਰਾਬਰ ਹੈ ਮੰਨ ਲਓ 9.2, ਸੀ ਵਿੱਚ ਮੈਂ 9.2 ਨੂੰ ਸਟੋਰ ਕਰਵਾ ਰਿਹਾ। ਉਸ ਤੋਂ ਬਾਅਦ ਮੈਂ ਇੱਥੇ ਕਹਿ ਦੇਵਾਂ ਪ੍ਰਿੰਟ ਟੈਫ ਪਰਸੈਂਟ ਐਫ ਲਿਖੂੰਗਾ, ਸੀ ਨੂੰ ਪ੍ਰਿੰਟ ਕਰਵਾ ਲਊਂਗਾ, ਤਾਂ ਫਿਰ ਕੋਈ ਪ੍ਰੋਬਲਮ ਤਾਂ ਨਹੀਂ ਹੈ, ਸੀ ਦੀ ਵੈਲਿਊ 9.2 ਦੇ ਕੇ ਆਪਾਂ ਪ੍ਰਿੰਟ ਕਰਵਾ ਲਈ। ਸੀ ਨੀਚੇ ਉਹਨੂੰ ਲੱਭਣਾ ਨਹੀਂ ਹੈਗਾ, ਕਰਕੇ ਦੇਖੀਏ ਰਨ, ਰਨ 'ਚ ਜਾ ਕੇ ਰਨ ਕਰੀਏ, ਐਰਰ ਆ ਗਈ, ਐਰਰ ਆਹੀ ਆ ਗਈ, ਕਹਿੰਦਾ ਮੈਨੂੰ ਸੀ ਨਹੀਂ ਪਤਾ ਕਿੱਥੇ ਆ। ਅੱਛਾ ਜੇ ਆਪਾਂ ਇਸ ਤੇ ਬੀ ਲਿਖ ਦਈਏ ਫਿਰ ਨਹੀਂ ਨਾ ਕੋਈ ਪ੍ਰੋਬਲਮ ਹੋਊਗੀ। ਅੱਛਾ ਮੈਂ ਬੀ 9.2 ਇੱਥੇ ਲਿਖਤਾ, ਇਹਨੂੰ ਮੈਂ ਪ੍ਰਿੰਟ ਥੱਲੇ ਕਰਾ ਲੈਂਦਾ ਮੇਨ 'ਚ, ਇਹ ਇੱਥੇ ਮੈਂ ਪ੍ਰਿੰਟ ਕਰਵਾ ਲਵਾਂ। ਹੁਣ ਮੈਂ ਕੀ ਕੀਤਾ, ਟੈਸਟ ਦੇ ਵਿੱਚ ਮੈਂ ਬੀ ਵੈਰੀਏਬਲ ਦੀ ਵੈਲਿਊ 9.2 ਸਟੋਰ ਕਰਾ ਦਿੱਤੀ, ਕੋਈ ਪ੍ਰੋਬਲਮ ਨਹੀਂ ਹੈ, ਬੀ ਹੈਗਾ ਉੱਥੇ। ਔਰ ਟੈਸਟ ਨੂੰ ਕਾਲ ਕਰਨ ਤੋਂ ਬਾਅਦ ਮੈਂ ਆਹ ਪ੍ਰਿੰਟ ਮੈਂ ਸੀ ਕਰਾਇਆ, ਇਹਨੂੰ ਬੀ ਕਰ ਲਓ, ਡਿਲੀਟ, ਇੱਥੇ ਮੈਂ ਸੀ ਕੱਟ ਕੇ ਵੀ ਕਰ ਦੇਵਾਂ। ਹੁਣ ਕੀ ਹੋਊਗਾ, ਐਂਡ ਦੇ ਉੱਤੇ 9.2 ਪ੍ਰਿੰਟ ਹੋ ਜਾਊਗਾ, ਪ੍ਰੋਗਰਾਮ 'ਚ ਕੋਈ ਗਲਤੀ ਨਹੀਂ ਹੈ, ਐਰਰ ਨਹੀਂ ਹੈ।
ਇੰਨਾ ਜ਼ਰੂਰ ਹੈ ਕਿ ਜੇ ਆਪਾਂ ਇੱਕ ਵੇਰੀਏਬਲ ਬਣਾ ਲਿਆ ਸੀ ਜਿਹਨੂੰ ਯੂਜ਼ ਹੀ ਨਹੀਂ ਕੀਤਾ, ਉਹ ਇੱਕ ਵਾਰਨਿੰਗ ਆਊਗੀ, ਭਾਵੇਂ ਉਹਨੂੰ ਇਗਨੋਰ ਕਰ ਸਕਦੇ ਹਾਂ, ਕੰਪਿਊਟਰ ਨੇ ਇਹ ਕਹਿ ਦੇਣਾ ਆ ਵਾਰਨਿੰਗ ਦੇ ਵਿੱਚ, ਐਰਰ ਨਹੀਂ ਆਊਗੀ, ਵਾਰਨਿੰਗ ਆਊਗੀ ਚੱਲ ਪੈਣਾ ਪ੍ਰੋਗਰਾਮ। ਆਪਾਂ ਵਾਰਨਿੰਗ ਨੂੰ ਤਾਂ ਸੋਚਦੇ ਹੈ ਨਹੀਂ ਗੇ, ਰਨ ਕਰੋ, ਆਊਟਪੁੱਟ ਦੇਖਿਓ ਕੀ ਆ ਗਿਆ, ਆਲਟਰ F5 ਐਂਡ ਦੇ ਉੱਤੇ 9.2 ਆ ਗਿਆ। ਇੱਥੇ ਕੀ ਆਪਾਂ ਦੇਖਿਆ ਕਿ ਵੇਰੀਏਬਲ ਬਣਾਇਆ ਸੀ ਆਪਾਂ ਨੇ ਗਲੋਬਲ, ਸਟੋਰ ਕੀਤਾ ਟੈਸਟ 'ਚ, ਉਹੀ ਵੈਲਿਊ ਨੂੰ ਆਪਾਂ ਉਸ ਵੇਰੀਏਬਲ ਨੂੰ ਆਪਾਂ ਮੇਨ 'ਚ ਯੂਜ਼ ਕਰ ਲਿਆ, ਯਾਨੀ ਗਲੋਬਲ ਵੇਰੀਏਬਲ ਸਾਂਝੇ ਨੇ, ਉਹ ਇੱਕ ਥਾਂ 'ਤੇ ਇਹੋ ਜਿਹਾ ਇਹੋ ਜਿਹੀ ਥਾਂ 'ਤੇ ਪਿਆ ਜਿੱਥੇ ਮੇਨ ਨੂੰ ਵੀ ਦਿਖਦਾ ਅਤੇ ਟੈਸਟ ਨੂੰ ਵੀ ਦਿਖਦਾ। ਕੋਈ ਡਾਊਟ ਤਾਂ ਨਹੀਂ ਹੈ? ਅੱਛਾ ਜੀ, ਜੇ ਅਗਰ ਮੈਂ ਇੱਥੇ ਇਹ ਕਹਿਣਾ ਹੋਵੇ ਕਿ ਸੀ ਵਿੱਚ 9.2 ਜਾਂ 9.3 ਕੋਈ ਵੈਲਿਊ ਇਹ ਪਾ ਸਕੇ, ਇੱਕ ਤਾਂ ਤਰੀਕਾ ਇਹ ਸੀ ਕਿ ਆਪਾਂ ਸੀ ਡਿਕਲੇਅਰ ਉੱਪਰ ਕਰ ਲਈਏ, ਇੱਥੇ ਇੱਕ ਹੋਰ ਵੀ ਤਰੀਕਾ ਆ, ਮੈਨੂੰ ਲੱਗਦਾ ਇਹ ਠੀਕ ਹੈ, ਐਕਸਟਰਨ ਫਲੋਟ ਸੀ, ਆਹ ਇੱਕ ਲਾਈਨ ਆਪਾਂ ਲਿਖ ਦਾਂਗੇ, ਇਹਨੂੰ ਆਪਾਂ ਕਹਿੰਦਾ ਵੀ ਸੀ ਹੈਗਾ ਆ ਬਾਹਰ ਪਿਆ, ਲੱਭ ਲੈ ਪਈ। ਹੁਣ ਉਹ ਉਸੇ ਸੀ ਨੂੰ ਯੂਜ਼ ਕਰੂਗਾ ਜਿਹੜੀ ਬਾਹਰ ਪਈ ਹੈ, ਮਤਲਬ ਉਹ ਐਰਰ ਤੋਂ ਰੋਕਣ ਵਾਸਤੇ ਉਹ ਭੁਲੇਖਾ ਪੈਂਦਾ ਸੀ ਵੀ ਸੀ ਹੈ ਨਹੀਂ ਗੀ, ਹੁਣ ਉਹਨੂੰ ਕਹਿੰਦਾ ਸੀ ਹੈਗੀ ਆ, ਤੂੰ ਚਿੰਤਾ ਨਾ ਕਰ, ਥੱਲੇ ਤੱਕ ਮਿਲ ਜੂਗੀ। ਹਾਂਜੀ ਭਈਆ, ਟੈਨਸ਼ਨ ਵਾਲਾ, ਆਪਾਂ ਇਹ ਗੱਲ ਕਹਿਤੀ ਨਾ। ਹੁਣ ਦੇਖਿਓ ਸੀ ਵਿੱਚ ਆਪਾਂ ਕੋਈ ਵੈਲਿਊ ਪਾ ਦਿੰਦੇ ਹਾਂ, ਮੰਨ ਲਓ ਆਪਾਂ ਨੇ 9.3 ਪਾਤਾ, ਅਤੇ ਹੁਣ ਆਪਾਂ ਨੇ ਮੇਨ 'ਚ ਸੀ ਨੂੰ ਪ੍ਰਿੰਟ ਕਰਾ ਕੇ ਦੇਖੀਏ, ਮੇਨ ਵਿੱਚ ਜਿੱਥੇ ਆਪਾਂ ਨੇ 20 ਪ੍ਰਿੰਟ ਕਰਾਈ ਹੈ, ਚਲੋ 20 ਕੱਢ ਦਿੰਦੇ ਹਾਂ, ਉੱਥੇ ਸੀ ਲਾ ਦਿੰਦੇ ਹਾਂ, 20 ਦਾ ਪ੍ਰਿੰਟ ਹੋ ਹੀ ਗਿਆ, ਆਪਾਂ ਦੇਖ ਹੀ ਲਈ। ਹੁਣ ਆਪਾਂ ਰਨ ਕਰਕੇ ਦੇਖੀਏ ਜੀ, ਮੈਨੂੰ ਉਮੀਦ ਹੈ ਕਿ ਇਹ ਪ੍ਰੋਗਰਾਮ ਹੁਣ ਚੱਲੂਗਾ। ਚੱਲ ਗਿਆ, ਆਊਟਪੁੱਟ ਕੀ ਆਈ, 9.3 ਪ੍ਰਿੰਟ ਹੋ ਗਿਆ। ਯਾਨੀ ਐਕਸਟਰਨ ਇੱਕ ਕੀਵਰਡ ਹੈ, ਇਹ ਆਪਾਂ ਕੰਪਿਊਟਰ ਨੂੰ ਸਮਝਾਉਣ ਵਾਸਤੇ ਯੂਜ਼ ਕਰਦੇ ਹਾਂ ਵੀ ਚਿੰਤਾ ਨਾ ਕਰ, ਹੈਗਾ ਨੀਚੇ, ਐਰਰ ਨਾ ਆਵੇ, ਇਸ ਲਈ ਉਹਨੂੰ ਲੱਭ ਲਵੇ, ਇਸ ਲਈ ਐਫਰਟਸ ਕਰ ਲਵੇ, ਇਸ ਲਈ ਉਹਨੂੰ ਕਹਿਤਾ ਵੀ ਐਕਸਟਰਨ, ਇੱਕ ਐਕਸਟਰਨ ਦਾ ਮਤਲਬ ਉਹਨਾਂ ਐਕਸਟਰਨਲ ਨੂੰ ਸ਼ਾਰਟ ਕੀਤਾ ਆ, ਵੀ ਬਾਹਰ ਦੇਖ ਜਾ ਕੇ ਦੁਨੀਆਂ 'ਚ ਤੂੰ ਘੁੰਮ ਫਿਰ ਕੇ ਦੇਖ, ਤੈਨੂੰ ਮਿਲ ਜਾਣਾ ਵੇਰੀਏਬਲ, ਚਿੰਤਾ ਨਾ ਕਰ, ਐਰਰ ਨਾ ਦੇਵੇ। ਅਤੇ ਜੇ ਅਸੀਂ ਨਾ ਲਿਖਿਆ ਤਾਂ ਐਰਰ ਆਈ, ਦੇਖੀਏ ਆਪਾਂ ਨੇ। ਹੁਣ ਆਪਾਂ ਨੂੰ ਇਸ ਪ੍ਰੋਗਰਾਮ ਦੇ ਵਿੱਚ 3 ਕਿਸਮ ਦੇ ਵੇਰੀਏਬਲਸ ਪਤਾ ਲੱਗੇ ਆ, ਇੱਕ ਲੋਕਲ ਜਾਂ ਆਟੋ, ਇੱਕੋ ਹੀ ਗੱਲ ਹੋ ਗਈ, ਇਹਨੂੰ ਲੋਕਲ ਵੀ ਕਹਿ ਦਿੰਦੇ, ਆਟੋ ਵੀ ਕਹਿ ਦਿੰਦੇ ਆ, ਆਟੋ ਤਾਂ ਕਹਿੰਦੇ ਆ ਜੇ ਕੁਛ ਨਹੀਂ ਕਹਿੰਦੇ ਤਾਂ ਆਪੇ ਲੋਕਲ ਹੈ, ਔਰ ਇਹਨੂੰ ਆਪਾਂ ਗਲੋਬਲ ਤਾਂ ਕਹਿੰਦੇ ਹਾਂ ਕਿਉਂਕਿ ਇਹ ਬਾਹਰ ਬਣਾਇਆ ਹੋਇਆ, ਫੰਕਸ਼ਨ ਤੋਂ ਬਾਹਰ ਹੈ, ਇਹ ਗਲੋਬਲ ਹੋ ਗਏ। ਤੀਜੇ ਹੈਗੇ ਨੇ ਐਕਸਟਰਨ ਵੇਰੀਏਬਲ, ਇਹ ਨਵੀਂ ਥਾਂ ਨਹੀਂ ਘੇਰਦੇ ਹੈਗੇ, ਥਾਂ ਪਹਿਲਾਂ ਹੀ ਘੇਰੀ ਹੋਈ ਹੈ, ਇਹ ਸਿਰਫ ਆਪਾਂ ਤਾਂ ਯੂਜ਼ ਕਰਦੇ ਹਾਂ ਕਿ ਲੱਭ ਲਵੇ। ਇੱਕ ਟੌਪਿਕ ਹੋਰ ਆਪਾਂ ਹੁਣ ਅੱਗੋਂ ਨੈਕਸਟ ਪੜ੍ਹਾਂਗੇ, ਉਹ ਅਲੱਗ ਤੋਂ ਅਗਲੇ ਪ੍ਰੋਗਰਾਮ ਦੇ ਵਿੱਚ ਜਾਂ ਕੁਛ ਹੋਰ ਐਗਜ਼ਾਮਪਲ ਲੈ ਕੇ ਕਰਦੇ ਹਾਂ। ਉਹਦਾ ਨਾਂ ਹੈ ਸਟੈਟਿਕ ਵੇਰੀਏਬਲਸ, ਉਹਨੂੰ ਆਪਾਂ ਨਵੇਂ ਸਿਰੇ ਤੋਂ ਅਗਲੇ ਅਗਲੇ ਲੈਸਨ 'ਚ ਜਾਂ ਅਗਲੇ ਟੌਪਿਕ 'ਚ ਲੈ ਕੇ ਆਉਂਦੇ ਹਾਂ।